ਜੰਬੂਰ ਖਾਨੇ ਹੋਇਆ ਹੁਕਮ ਨਾਲ ਆਮਦੇ ਦੇਰ ਵੀ ਹੈ ਟੀਵੀ ਉੱਪਰ ਕੋਸ਼ਿਸ਼ ਕਰਦਾ ਹੋਇਆ ਪਾਇਨ ਧਾਵੀ ਦੇ ਹਿੱਸੇ ਦੇ ਬਹੁਤ ਵਧੀਆ ਬਿਹਤਰੀਨ ਕਿ ਨਹੀਂ ਪੈਂਦਾ ਮੁੱਲ ਕਾਰਤੂਸ ਚੱਲੇ ਦਾ ਕਬੱਡੀ ਲੱਖ ਲੱਖ ਦੀ ਜੱਫਾ ਕੱਲੇ ਕੱਲੇ ਦਾ ਕਿ ਦਿਲਾਂ ਵੱਡੇ ਦਿੱਲੀ ਬਟਾਉਂਦੇ ਮੁੰਡੇ ਪਟਿਆਲੇ ਸ਼ਹਿਰ ਸੁਰਖਪੁਰੀਆ ਯਾਦਾਂ ਕਦੇ ਦੁੱਲੇ ਦੀਆਂ ਗੱਲਾਂ ਮਹਿਮਦ ਵਾਲੀ ਸੰਦੀਪ ਦਾ ਨਾਮ ਸੁਰਖਪੁਰ ਦੇ ਨਾਲ ਜੁੜਿਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਪਰਮਜੀਤਪੁਰਾ ਪਿੰਡ ਹੈ ਸੁਣਾ ਜਾਂਦਾ ਹੈ ਬਾਕੀ ਕਬੱਡੀ ਪਾਉਣ ਦੇ ਲਈ ਹੱਥ ਕਰਨ ਦੀ ਕੋਸ਼ਿਸ਼ ਕਰਦਾ ਅੱਗੇ ਵੱਧ ਕੇ ਕੀਤੇ ਹਮਲੇ ਨੂੰ ਪੈਂਦੀ ਠੱਲ ਕੇ ਨਹੀਂ ਹਨੇਰੀ ਸਾ ਹਰਾ ਗੁੱਟ ਵੱਜੂ ਕੈਂਚੀ ਕੇ ਨਹੀਂ ਬੋਪੁਰੀ ਹੁਸ਼ਿਆਰ ਹੁਣ ਟੱਕਰਨ ਦੀ ਕੋਸ਼ਿਸ਼ ਕਰਦਾ ਹੋਇਆ ਆਪ ਕਦੇ ਸੱਜੇ ਕਦੇ ਸੈਕਰਾਮੈਂਟੋ ਦੇ ਵਿੱਚ 28 ਨੂੰ ਸ਼ਿਕਾਗੋ ਤੇ 3 ਜਿਵੇਂ ਲਓ ਇਹਦੇ ਪਾਸੇ ਖੇਡ ਕਬੱਡੀ ਇਹ ਹੈ ਚਿੱਤਪਾਲ ਸਿੰਘ ਚਿੱਟੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਚਿੱਤਪਾਲ ਚਿੱਟੀ ਦੀ ਧਰਤੀ ਦਾ ਮੇਰੇ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ ਲਓ ਇਸ ਮੈਚ ਦਾ ਪਹਿਲਾ ਜੱਫਾ ਲਾ ਕੇ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਇਹ ਹੈ ਨੌਜਵਾਨ ਗੁਰਦੀਪ ਸਿੰਘ ਭੂਰੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਦੇਖੋ ਵੀ ਪਈ ਸੀ ਕਬੱਡੀ ਭੂਰੀ ਛੰਨਾ ਲਈ ਰਵੀ ਸਾਹੋ ਕਿਹਦਾ ਮੇਰੇ ਵੀਰੋ ਕਰਦਾ ਟਰਾਈ ਡੱਕਣ ਦੀ ਸੰਦੀਪ ਕਬੱਡੀ ਵਿੱਚ ਲੱਗੇ ਹਰਜੀਤ ਆ ਵਿੱਚ ਹੈ ਮੈਦਾਨੇ ਜਿਹੜਾ ਫੱਟੇ ਚੱਕਦਾ ਆ ਫਿਰ ਕੇ ਕਬੱਡੀ ਪਾਉਂਦਾ ਪਿੰਡ ਦਿੜ ਬਹਾਈ ਅੱਟਦਾ ਫਿਰ ਕੇ ਕਬੱਡੀ ਪਾਉਂਦਾ ਪਿੰਡ ਦਿੜ ਬਹਾਈ ਅੱਟਦਾ ਬਾਦਸ਼ਾਹ ਦਾ ਪ੍ਰਦਰਸ਼ਨ ਸਿੰਮੂ ਕੰਗ ਰੇਡ ਪਾਉਣ ਦੇ ਲਈ ਵਧਿਆ ਹੋਇਆ ਮਾਜੇ ਦਾ ਮਜੈਲ ਆ ਵੀ ਪ੍ਰਤਾਪ ਤਾਰਵੀ ਯਾਰ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਭਣਾ ਹਰਜੀਤ ਗਵਾਚਾ ਸੀਰੋ ਬਾਜੇ ਖਾਨੇ ਰਹਿੰਦਾ ਆ ਮਲਵਈ ਨੇ ਰੇਡਾ ਪਾਉਂਦੇ ਮਾਜੀ ਜੱਫੇ ਲਾਉਂਦੇ ਚਾਰੇ ਪਾਸੇ ਖੇਡਦੇ ਮੁੰਡੇ ਦਵਾਬੀਆਂ ਦੇ ਆ ਕੁੱਟ ਬਣਦਾ ਹੈ ਜੱਟ ਬਾਜੇ ਖਾਨੇ ਵਾਲਾ ਹੈ ਲੱਖਾਂ ਵਿੱਚੋਂ ਇੱਕ ਬਣਦਾ ਹੈ ਜੱਟ ਬਾਜੇ ਖਾਨੇ ਵਾਲਾ ਹੈ ਕਰਦਾ ਬੱਬੂ ਟਰਾਈ ਉੜਦੀ ਧੂੜ ਹੈ ਪਈ ਹੋਈ ਕਬੱਡੀ ਤੇ ਬਿੰਦੂ ਸਵਾਹ ਵਾਲੀ ਹੈ ਮੇਰੀ ਗੋਪੀ ਵਾਧਾ ਹੋਇਆ ਲਿਸ਼ਕਦੇ ਨੇ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ ਸਾਨਾਂ ਦੇ ਸਰੀਰਾਂ ਵਿੱਚ ਤਾਕਤਾਂ ਨੇ ਗੁੱਝੀਆਂ ਸਾਨਾਂ ਦੇ ਸਰੀਰਾਂ ਵਿੱਚ ਤਾਕਤਾਂ ਨੇ ਗੁੱਝੀਆਂ ਚਮੜੇ ਨੂੰ ਸਦਾਰੇ ਕਲਬੂਤ ਲੋਕੋ ਬੁਰੇ ਰਾਹੇ ਪੈ ਕੇ ਖਿਡਾਰੀ ਨਹੀਂ ਬਣ ਹੁੰਦਾ ਜਿੱਤੇ ਰਹੇ ਇੱਕ ਗਰਾਊਂਡ ਦਾ ਰੂਟ ਲੋਕੋ ਖੇਡਾਂ ਖੇਡ ਕੇ ਜੋ ਜਗ ਦੇ ਛਾ ਜਾਂਦੇ ਆ ਵੱਜਦੇ ਦੂਰੇ ਨੇ ਉਹਨਾਂ ਸਲੂਟ ਲੋਕੋ ਜੇ ਛਾ ਲੰਮੇ ਸਮੇਂ ਤੋਂ ਮੀਡੀਆ ਦੀ ਦੁਨੀਆ ਦੇ ਨਾਲ ਜੁੜੀ ਹੋਈ ਸ਼ਖਸੀਅਤ ਇਲੈਕਟ੍ਰੋਨਿਕ ਪ੍ਰਿੰਟ ਸੋਸ਼ਲ ਮੀਡੀਆ ਲਾਈਵ ਪ੍ਰਸਾਰਣ ਕਰ ਰਿਹਾ ਤਾਂ ਪਰ ਵੀ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਆ ਉਹ ਸੋਹਣੇ ਬਾਕੀ ਪੁਆਇੰਟ ਆਪਣੀ ਟੀਮ ਦੇ ਸੇ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਇਹ ਹੈ ਨੌਜਵਾਨ ਚਿੱਤਪਾਲ ਚਿੱਟੀ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਰ ਕਾਲੇ ਸਰਪੰਚ ਖੇਡ ਕਬੱਡੀ ਦਾ ਨੌਜਵਾਨ ਗੱਭਰੂ ਲਓ ਯਾਦਾਂ ਖੇਡ ਕਬੱਡੀ ਦਾ ਬਾਦਸ਼ਾਹ ਲਾ ਕੇ ਦੇਖਾ ਪੁਆਇੰਟ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਤੋਂ ਧੰਨਵਾਦ ਕਰਦੇ ਹਾਂ ਇਸਤਕਬਾਲ ਕਰਦੇ ਹਾਂ ਜੀ ਇਹਨੂੰ ਆਖਦੇ ਹਾਂ ਔਰ ਉੱਥੇ ਬਹੁਤ ਹੀ ਸਤਿਕਾਰਯੋਗ ਮੈਂਬਰ ਆਫ ਪਾਰਲੀਮੈਂਟ ਰਣਦੀਪ ਸਿੰਘ ਜੀ ਸਰਾਇ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਪੁੱਜ ਕੇ ਆਪੋ ਆਪਣੀਆਂ ਸੇਵਾਵਾਂ ਅਦਾ ਕਰਦੇ ਨੇ ਅੱਜ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਸੰਦੀਪ ਆਪਦੇ ਕਦੇ ਗੁਰਦਾਸਪੁਰੀ ਚੀਨ ਦੀ ਕੰਧ ਬਣਦਾ ਹੈ ਕਬੱਡੀ ਪਾਉਣ ਦੇ ਵਾਸਤੇ ਸਿੰਮੂ ਕੰਗ ਮੈਦਾਨ ਦੇ ਵਿੱਚ ਵਧਿਆ ਹੋਇਆ ਖਿਡਾਰੀ ਸਿੱਖ ਸਰਦਾਰ ਫਿਰ ਰੇਡ ਦੇ ਉੱਪਰ ਕਿਹੜਾ ਜਫਾ ਲਾਵੇਗਾ ਇਧਰਲੇ ਪਾਸੇ ਕਬੱਡੀ 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 ਸੋਹਣੇ ਗੱਭਰੂ ਰਵੀ ਸਾਹੋ ਕਹਿੰਦਾ
ਨਾਲ ਸਵਰਨ ਸਿੱਧੂਣੀ ਜੋ ਕਿ ਕੈਲਗਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ। ਨਾ ਪਈ ਹੀ ਕਬੱਡੀ ਸਵਾਹ ਵਾਲੀਆਂ ਬਿੰਦੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਯੋਧਾ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਪਰ ਪੁਆਇੰਟ ਨੌਜਵਾਨ ਆਪਣੀ ਟੀਮ ਦੇ ਸਿਰ ਜੋੜ ਕੇ ਲੈਣ ਦੀ ਪਰ ਗੋਪੀ ਇੱਕ ਹੋਰ ਨੰਬਰ ਜੋੜਦੇ ਵਿੱਚ ਕਾਮਯਾਬ ਪਾਲੀ ਦੀ ਅਗਲੀ ਰੇ ਅਗਲੀ ਕਬੱਡੀ ਪਾਲੀ ਪਾਉਣ ਦੇ ਲਈ ਵਧਦਾ ਹੋਇਆ ਨਿਊ ਜਰਸੀ ਦੇ ਵਿੱਚ 3 ਤਰੀਕ ਨੂੰ ਵੱਡਾ ਮੇਲਾ ਹੁਣ ਕੇ ਲਿਸ਼ਕਦੇ ਆ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ ਪਈ ਹੋਈ ਕਬੱਡੀ ਤੇ ਯੋਧਾ ਕਰਦਾ ਟਰਾਈ ਤੇ ਪੁਆਇੰਟ ਮੇਰੇ ਵੀਰੋ ਆਪਣੀ ਟੀਮ ਦੇ ਸਿਰ ਜੋੜ ਗਿਆ ਪਾ ਵੀ ਨੌਜਵਾਨ ਕੋਟੀ ਦੇ ਆ ਕਈ ਵਿੱਚ ਮੈਦਾਨੇ ਜ਼ੋਰ ਦਿਖਾਉਂਦੇ ਅੰਦਰੋਂ ਹੀ ਹੱਡੀ ਦਾ ਉਹ ਬੰਦਾ ਕੋਟੀ ਤੋਂ ਹੀਰਾ ਬਣ ਜਾਏ ਅੱਜ ਨੂੰ ਲੱਗਦੇ ਇਸ਼ਕ ਕਬੱਡੀ ਦਾ ਬੰਦਾ ਕੋਟੀ ਤੋਂ ਹੀਰਾ ਬਣ ਜਾਏ ਹੁਣ ਦੇਖਦੇ ਵੀ ਕੌਣ ਹੀਰਾ ਬਣਦਾ ਅਨਕੁਬਰ ਗਲੈਡੀਏਟਰ ਦੀ ਟੀਮ ਦੇ ਵਾਸਤੇ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਲੱਖ ਲੱਖ ਦੀ ਕਬੱਡੀ ਕਰਨ ਦੀ ਕੋਸ਼ਿਸ਼ ਕਰਦਾ ਸਰਪੰਚ ਖੇਡ ਕਬੱਡੀ ਦਾ ਹਿੱਸਾ ਕਮਾਲ ਹੁੰਦੀ ਹੋਈ ਆ ਕਬੱਡੀ 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 ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਪਰ ਆ ਗਬਰੂ ਬਰਨਾਲੇ ਵਾਲਾ ਮੇਰੇ ਵੀਰੋ ਅਨੰਦਪੁਰ ਸਾਹਿਬ ਦੀ ਹੋਲਾ ਮਹਾ ਪਲੂਰ ਮੇਰੇ ਵੀਰੋ ਇਸ ਨੌਜਵਾਨ ਤੇ ਗੁਰਦੀਪ ਪੁਰੀ ਪਾ ਕੇ ਕਬੱਡੀ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ ਅਗਲੀ ਕਬੱਡੀ ਚਿੱਟੀ ਵਾਲਾ ਚਿੱਤਪਾਲ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਦੇਖੇ ਨੇ ਸਮੇਂ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਸਿੰਮੂ ਕੰਗ ਅਗਲੀ ਕਬੱਡੀ ਪਾਉਣ ਦੇ ਲਈ ਜ਼ਿਲ੍ਹਾ ਤਰਨ ਤਾਰਨ ਦਾ ਕਬੱਡੀ ਖਿਡਾਰੀ ਅਰਸ਼ ਦਾ ਦੁਨੀਆਂ ਦੇ ਚੋਟੀ ਦੇ ਖਿਡਾਰੀਆਂ ਦੇ ਤੌਰ ਤੇ ਜਾਫੀਆਂ ਦੇ ਤੌਰ ਤੇ ਨਾਮ ਨਾ ਉਸੇ ਏਰੀਏ ਲੜ ਕੇ ਬੈਠ ਕੇ ਖੇਡ ਕਬੱਡੀ ਦਾ ਆਨੰਦ ਮਾਣਦਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਸਵਾਹ ਵਾਲੇ ਦਾ ਨੌਜਵਾਨ ਬਿੰਦੂ ਤਿਆਰ ਬਰ ਤਿਆਰ ਅੱਗੇ ਵੱਧ ਕੇ ਕੀਤਾ ਹਮਲਾ ਇਸ ਖਿਡਾਰੀ ਦਾ ਕਿਹੜਾ ਲਾਉਂਦਾ ਜਫਾ ਆ ਬੱਬੂ ਵਰਗੇ ਨੌਜਵਾਨ ਦੇਖਦੇ ਨੇ ਯੋਧੇ ਗੋਪੀ ਰਾਜਕੋਟੀਆ ਕੇ ਮੁੱਲ ਪਹਿਲ ਸ਼ਰੀਰਾਂ ਦੇ ਜਿਨ੍ਹਾਂ ਨੇ ਲਾਈਆਂ ਮਿਹਨਤਾਂ ਉੱਠ ਕੇ ਲਓ ਅਗਲੀ ਕਬੱਡੀ ਪਾਉਣ ਦੇ ਲਈ ਪਾਲੀ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅਗਲੀ ਰੇਡ ਪਾਲੀ ਦੀ ਪਾਲੀ ਦਾ ਅੰਦਾਜ਼ ਬਣਵਾਣਾ ਸਾਰਾ ਖੜ ਖੜ ਕੇ ਕੋਈ ਖੜ ਕੇ ਨੂੰ ਬੈਠ ਕੇ ਮਾਰਦਾ ਖੇਡ ਕਬੱਡੀ ਦਾ ਆਨੰਦ ਲੱਗਿਆ ਹੋਇਆ ਰੌਣਕਾਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੈਨੇਡਾ 55ਵੇਂ ਸਾਲ ਦੇ ਵਿੱਚ ਪੁੱਜਿਆ ਹਾਗ ਬਾਗੀ ਅੱਗੇ ਵੱਧ ਕੇ ਹਮਲਾ ਬੋਲਦਾ ਹੋਇਆ ਦਲੇਰੀ ਦੇ ਨਾਲ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦੇ ਕਿਹੜਾ ਦਫਾ ਲਾਵੇਗਾ ਅਗਲੇ ਮੈਚ ਲਈ ਸਰੀ ਸੁਬਾ ਅੱਜ ਇਸ ਕਬੱਡੀ ਕੱਪ ਦਾ ਪਰਮਜੀਤ ਪੁਰੀਆ ਬਾਗੀ ਮੈਦਾਨ ਦੇ ਵਿੱਚ ਦੇਖਦੇ ਵੀ ਕਮਾਲ ਕਰਦਾ ਹੋਇਆ ਖੜਾ ਹੈਰੀ ਸਾਹ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਇੱਕ ਹੋਰ ਨੰਬਰ ਮਿੱਤਰੋ ਕ੍ਰੇਡ ਲੋਧਰ ਦੀ ਵੇਖੀ ਜ਼ਿੰਦਗੀ ਨਾਲ ਸ਼ਰੀਕਾ ਬਹੁਤ ਵਧੀਆ ਪੁਆਇੰਟ ਸੰਦੀਪ ਦਾ ਏ ਟੌਪ ਇਮੀਗ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਕਬੱਡੀ ਕੱਪ ਦੇ ਵਾਸਤੇ ਏ ਟੌਪ ਇਮੀਗ੍ਰੇਸ਼ਨ ਦਾ ਬਹੁਤ ਆਪਣੇ ਸਮਿਆਂ ਦੇ ਵਿੱਚ ਖੇਡੀ ਕਬੱਡੀ ਨਾ ਇਧਰ ਪਾਸੇ ਕੋਸ਼ਿਸ਼ ਕਰਦਾ ਹੋਇਆ ਇਹ ਆ ਬੇਨੜੇ ਵਾਲਾ ਔਰ ਦੂਸਰੇ ਪਾਸੇ ਪੂਰੀ ਬੜਾ ਕਮਾਲ ਦਾ ਕਬੱਡੀ ਖਿਡਾਰੀ ਹੈ ਇੱਕ ਹੋਰ ਨੰਬਰ ਜੋੜਦਾ ਹੋਇਆ ਪਾਉਣ ਦੇ ਲਈ ਚਿੱਤਪਾਲ ਚਿੱਟੀ ਦੀ ਧਰਤੀ ਦਾ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬਲਜੀਤ ਸਿੰਘ ਜੀ ਬਾਸੀ ਸੱਦੇ ਦੇ ਰਹੇ 27 ਤਰੀਕ ਨੂੰ ਸੈਕਰਾਮੈਂਟੋ ਦੇ ਵਿੱਚ ਲਓ ਇਸ ਸਮੇਂ ਪਈ ਹੋਈ ਕਬੱਡੀ ਨੌਜਵਾਨ ਗੱਭਰੂ ਚਿੱਤਪਾਲ ਚਾਦਾ ਖੇਡ ਕਬੱਡੀ ਦਾ ਸਰਪੰਚ ਤੇ ਪੁਆਇੰਟ ਮੇਰੇ ਵੀਰੋ ਇਸ ਸਮੇਂ ਆਪਣੀ ਟੀਮ ਦੇ ਸਿਰ ਜੋੜ ਗਿਆ ਸਿੰਮੂ ਕੰਗ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਣ ਤਿਆਰ ਸੀ ਫੜਦੀ ਆ ਕੀਤੀ ਹੋਈ ਮਿਹਨਤ ਆ ਲਿਆਉਂਦੀ ਰੰਗ ਤੇ ਸਿੰਮੂ ਕੰਗ ਫਿਰ ਭੱਜਿਆ ਜਾਂਦਾ ਇੱਕ ਹੋਰ ਨੰਬਰ ਜੋੜਦੇ ਵਿੱਚ ਕਾਮਯਾਬ ਹੁੰਦਾ ਹੋਇਆ
ਚਾਰ ਵਾਰ ਤਿਆਰ ਆ ਚੱਕੀਆਂ ਦੇ ਪੁੜ ਵਰਗੀਆਂ ਹਿੱਕਾਂ ਦੇ ਅਗਰੇ ਗਾਡਰ ਨੇ ਜੂਝ ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਰਡਰ ਨੇ ਆ ਦੇਵੀ ਦਿਆਲ ਪ੍ਰੀਤਾ ਘੁੱਗਾ ਸ਼ੰਕਰ ਬਣਦਾ ਸੀ ਤੋਖੀ ਬੋਲਾ ਬੇਵੈਟਾ ਵੀ ਪੂਰੀ ਹਿੰਡਦਾ ਸੀ ਪਹਿਲੇ ਸਮੇਂ ਕੋਟੀਆ ਗੁਰਪ੍ਰੀਤ ਸਿੰਘ ਗੋਪੀ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਬੱਡੀ ਖਿਡਾਰੀ ਬਲਵੀਰ ਸਿੰਘ ਦੀ ਬੈਂਸ ਘੁੰਮਣ ਵਾਲਿਆਂ ਦਾ ਧੰਨਵਾਦ ਹੈ ਨੇਕੇ ਨਕੋਦਰੀਏ ਦਾ ਬਹੁਤ ਬਹੁਤ ਧੰਨਵਾਦ ਹੈ ਬਲਵੀਰ ਸਿੰਘ ਦੀ ਬੈਂਸ ਘੁੰਮਣ ਵਾਲੇ ਭਗਵਾਨ ਪਾਲੀ ਦੀ ਪਈ ਹੋਈ ਕਬੱਡੀ ਦੇ ਹੁਣ ਕੌਣ ਕਰਦਾ ਟਰਾਈ ਰੱਖਣ ਦੀ ਟੱਕਣ ਦੀ ਪਈ ਹੋਈ ਪਾਲੀ ਦੀ ਕਬੱਡੀ ਨਾ ਪਈ ਹੋਈ ਕਬੱਡੀ ਦੇ ਚਾਰ ਜਾਫੀ ਪਾਲੀ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਹ ਨੌਜਵਾਨ ਗੱਭਰੂ ਜੋਧਾ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਪਈ ਹੋਈ ਕਬੱਡੀ ਇੱਕ ਪਾਸੇ ਪਾਲੀ ਤੇ ਪੁਆਇੰਟ ਦਹਾੜਦਾ ਸੱਪ ਦੀ ਲਕੀਰ ਤਾਂ ਵੀ ਦੁਨੀਆ ਡਰਦੀ ਹੈ ਆ ਦੁੱਧ ਮੱਖਣਾ ਨਾਲ ਪਲਿਆ ਹੋਵੇ ਜੋ ਆ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਦੁੱਧ ਮੱਖਣਾ ਨਾਲ ਪਲਿਆ ਹੋਵੇ ਜੋ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ ਔਰ ਜਿਹਨੇ ਕੀਤੀ ਹੋਈ ਮਿਹਨਤ ਦੋਵੇਂ ਟੀਮਾਂ ਨੂੰ ਮੇਰੀ ਬੇਨਤੀ ਹੈ ਰਿਚਮਿਡ ਐਪੀਸੋਡ ਤੇ ਸਰੀ ਸੁਪਰ ਸਟਾਰ ਕਾਮਾ ਗਾਟਾ ਮਾਰੂ ਲੋ ਹਾਂ ਸਮੇਂ ਸੰਦੇਸ਼ ਦਾ
ਨਾਮ ਕਿ ਹਰਜੀਤ ਬਰਾੜ ਦੇ ਹੇਵਰ ਦੇ ਪੁੱਤ ਜੰਮਦੀਆਂ ਨਾਮ ਸੰਤੋਖ ਸਿੰਘ ਜੀ ਮੰਡੇਰ ਸਾਹਿਬ ਨੇ ਕਿਹਾ ਕਬੱਡੀ ਦੀ ਗੱਲ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਉਰਦੂ ਦੇ ਵਿੱਚ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਜਿਹੜੀ ਹੈ ਉਹ ਹੋਊਗੀ ਹਵਾਏ ਕਰੇਗੀ ਫੈਸਲਾ ਰੋਸ਼ਨੀ ਕਰ ਅੱਜ ਸੀਏ ਮੈਂ ਦਮ ਹੋਗਾ ਵੋ ਟਿਕ ਜਾਏਗਾ ਐਨ ਦਮਦਾਰ ਦੀਆਂ ਗੱਲਾਂ ਹੋਈਆਂ ਨੇ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੈ ਕਬੱਡੀ ਖਿਡਾਰੀ ਦਰਬਾਰਾ ਔਜਲਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਦਰਬਾਰਾ ਔਜਲਾ ਜੀ ਦਾ ਬਹੁਤ ਬਹੁਤ ਧੰਨਵਾਦ ਲੋ ਸਿੱਧੂ ਕੰਗ ਪਰ ਟੈਕਨੀਕਲ ਤੌਰ ਤੇ ਪੁਆਇੰਟ ਬੰਦਰ ਗੱਲ ਜੀ ਦੀ ਵਿਸਲ ਫੈਸਲਾ ਕਰਦੀ ਆ ਤਾਵੀ ਦੇ ਹੱਕ ਵਿੱਚ ਇੱਕ ਪਾਸੇ ਵੈਨਕੂਵਰ ਗਲੈਡੀਏਟਰ ਕਬੱਡੀ ਕਲੱਬ ਦੂਸਰੇ ਪਾਸੇ ਯੂਨਾਈਟਿਡ ਬੀਸੀ ਫ੍ਰੈਂਡਸ ਕੈਲਗਰੀ ਕਬੱਡੀ ਕਲੱਬ ਦੀ ਟੀਮ ਅਗਲੀ ਕਬੱਡੀ ਵੈਨਕੂਵਰ ਕਬੱਡੀ ਕਲੱਬ ਵੱਲੋਂ ਫਿਰ ਤੱਕਾਂਗੇ ਉਧਰ ਚਾਰ ਜਾਫੀ ਬਿਲਕੁਲ ਤਿਆਰ ਬਰ ਤਿਆਰ ਦੇ ਲਓ ਇੱਕ ਪਾਸੇ ਯਾਦਾ ਦੂਸਰੇ ਪਾਸੇ ਯੋਧਾ ਉਧਰ ਦਰਬਾਰਾ ਔਜਲਾ ਜੀ ਬਲਜੀਤ ਔਜਲਾ ਜੀ ਜਸਵੀਰ ਸਿੱਧੂ ਜੀ ਸਾਰਾ ਧੰਨਵਾਦ ਲਓ ਇੱਥੇ ਪਈ ਹੋਈ ਕਬੱਡੀ ਸੁਰਖਪੁਰੀ ਇਸ ਸਮੇਂ ਕੋਸ਼ਿਸ਼ ਕਰਦਾ ਯੋਧਾ ਸੁਰਖਪੁਰੀਆ ਤਕੜਾ ਜੱਫਾ ਲਾਉਣ ਦੀ ਦੇਖਾਂਗੇ ਗੁਰੂ ਪੱਟਾ ਜੀ ਦਾ ਕੀ ਫੈਸਲਾ ਹੋਵੇਗਾ 30 ਸੈਕਿੰਡ ਦਾ ਸਮਾਂ ਹੋਵੇਗਾ ਪਈ ਹੋਈ ਕਬੱਡੀ ਤੇ ਤਕੜਾ ਜੱਫਾ ਲੱਗਦਾ ਹੋਇਆ ਤੇ ਪੁਆਇੰਟ ਯੋਧਾ ਸੁਰਖਪੁਰੀ ਏਕਾਂ ਦਾ ਵਾਧਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਵਾਹ ਭੂਰੀ ਢਾਂਡੀ ਨੇ ਕਹਿੰਦੇ 1980 ਦੇ ਵਿੱਚ ਇਸੇ ਗਰਾਊਂਡ ਦੇ ਵਿੱਚ ਖੇਡ ਫੇਲ ਆਏ ਸਨ ਸਾਧ ਸਿੰਘ ਉੱਪਲ ਸਾਹਿਬ ਜੀ ਵੱਲੋਂ ਬਤੌਰੇ ਚੇਅਰਮੈਨ ਜ਼ਿੰਮੇਵਾਰੀ ਸੀਗੀ ਵੱਡੀ ਸੋ ਸਮੁੱਚੀ ਖਾਲਸਾ ਦੀਵਾਨ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਲੰਬੇ ਸਮੇਂ ਤੋਂ ਖੇਡਾਂ ਦੇ ਨਾਲ ਸਾਰੀਆਂ ਜੁੜੀਆਂ ਹੋਈਆਂ ਸ਼ਖਸੀਅਤਾਂ ਦਾ ਨਾ ਇਹਦੇ ਪਾਸੇ ਰੇਡ ਹਾਂ ਜਿੰਨੀਆਂ ਰੇਡਾਂ ਦੇ ਉਹਨੇ ਨੰਬਰ ਰਹੇ ਸਨ ਆਹ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਤੋਂ ਇਹ ਇਮਾਰਤ ਵੀ ਸੁਨਹਿਰੀ ਕਰਕੇ ਲਿਖੀ ਗਈ ਹੈ ਅੱਜ ਦੀ ਇਮਾਰਤ ਵੀ ਹੋਰ ਸੁਨਹਿਰੀ ਕਰਕੇ ਲਿਖੀ ਜਾਊਗੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੰਦੀਪ ਮੈਦਾਨ ਦੇ ਵਿੱਚ ਵਧਦਾ ਹੋਇਆ ਖਿਡਾਰੀ ਕੈਵਨ ਫਾਲਕਨ ਬੈਂਡੀ ਜਵਾਨ ਐਂਡ ਮਿਸਟਰ ਲੀ ਦੇ ਆਰ ਹੇਅਰ ਕੈਵਨ ਫਾਲਕਨ ਵਾਂਟ ਟੂ ਐਡਰੈਸ ਦਾ ਆਡੀਅੰਸ ਆਈ ਕਾਲ Kevin Falcon to say a few words. Well, thank you very much, Kashmir. I just want to thank all of you for coming out and supporting a great sport of kabaddi. This has been an excellent tournament. Thank you for keeping our young people involved in something so positive for the entire community. Have a wonderful day, everybody. Waheguru Ji Ki Khalsa, Waheguru Ji Ki Fateh. Fateh. ਹਾਂਜੀ ਏ ਟੋਪ ਇਮੀਗ੍ਰੇਸ਼ਨ ਵਾਲੇ ਕਹਿੰਦੇ ਆ ਕਿ ਉਹਨਾਂ ਲਈ ਉਹਨਾਂ ਕੋਲ ਪਲੇਅਰਾਂ ਲਈ ਪੀ ਆਰ ਵਿਦਾਊਟ ਆਈਲੈਟ ਪ੍ਰੋਗਰਾਮ ਆ ਜੇ ਕਿਸੇ ਨੇ ਉਹਨਾਂ ਦਾ ਫਾਇਦਾ ਲੈਣਾ ਹੋਵੇ ਤੇ ਉਹਨਾਂ ਨੂੰ ਉਹਨਾਂ ਦਾ ਫੋਨ ਨੰਬਰ ਬਾਹਰ ਗੇਟ ਤੇ ਲੱਗਾ ਹੋਇਆ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਏ ਸਟੋਪ ਇਮੀਗ੍ਰੇਸ਼ਨ ਪਲੇਅਰਾਂ ਲਈ ਸਪੈਸ਼ਲ ਪੀ ਆਰ ਲੋ ਜੋਤੀ ਸਮਰਾ ਜੀ ਅਗਲਾ ਮੈਚ ਹੋਊਗਾ ਆਜੋ ਟੀਮ ਲੈ ਕੇ ਜਲਦੀ ਤੋਂ ਜਲਦੀ ਅਗਲਾ ਮੈਚ ਖੇਡਿਆ ਜਾਊਗਾ ਦੋਵੇਂ ਟੀਮਾਂ ਪੁੱਜਣ ਸਾਡੇ ਵੀਰ ਬਰੀਤ ਸਿੰਘ ਜੀ ਬੈਂਸ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਨੰਬਰ 1 ਕਬੱਡੀ ਕੱਪ ਹੁੰਦਾ ਘੁੰਮਣਾ ਦੇ ਵਿੱਚ ਹਰ ਸਾਲ ਸ੍ਰੀ ਰਵਿਦਾਸ ਜੀ ਸਪੋਰਟਸ ਕਲੱਬ ਵੱਲੋਂ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੱਡਾ ਪਿਆਰ ਹੈ ਸਾਰੇ ਸਹਿਯੋਗੀ ਨੇ ਬਰਵੀਰ ਬੈਂਸ ਉਹਨਾਂ ਦਾ ਨੇਕੇ ਨੇ ਗੋਦਰੀ ਦਾ ਸਾਰਿਆਂ ਦਾ ਇਸਤਕਬਾਲ ਨਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਾਲੀ ਪਾਲੀ ਫਤਿਹਗੜ੍ਹ ਛੰਨਾ ਵਾਲ ਆਹ ਗੋਲ ਦੇ ਦਾਰੇ ਦੇ ਵਿੱਚ ਦੇਖ ਲੈ ਐਨ ਠੱਠ ਵੱਜ ਗਿਆ ਐਨ ਰੰਗ ਵੱਜ ਗਿਆ ਵੀ ਮੇਲਾ ਤਕੜਾ ਹੈ ਕੈਨੇਡਾ ਦੇਸ਼ ਦੁਨੀਆਂ ਦਾ ਖੂਬਸੂਰਤ ਹੈ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਉਸ ਤੋਂ ਵੀ ਖੂਬਸੂਰਤ ਹੈ ਆਹ ਸੁਰਖਪ੍ਰੀਆ ਯਾਦਾਂ ਦੁਨੀਆਂ ਦਾ ਖੂਬਸੂਰਤ ਜਾਫੀ ਆਹ ਖੂਬਸੂਰਤ ਨੰਬਰ ਪਰ ਧਾਵੀ ਦੇ ਹੱਕ ਦੇ ਵਿੱਚ ਹੈ ਸਮਾਂ ਬੜਾ ਬਲਵਾਨ ਸਮੇਂ ਦੀ ਕਦਰ ਕਰੋ ਹੈਲੋ ਹੈਲੋ ਲੋ ਅਗਲੀ ਕਬੱਡੀ ਇਹ ਆ ਭੂਰੀ ਛੰਡਾਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਤੇ ਦੂਸਰੇ ਪਾਸੇ ਵੇਖਾਂਗੇ ਅਸਾ ਹੋ ਗਏ ਵਾਲਾ ਇਸ ਸਮੇਂ ਕੋਸ਼ਿਸ਼ ਕਰਦਾ ਪਰ ਕੋਈ
ਪੋਜੀਸ਼ਨਾਂ ਵਾਲੇ ਕਬੜਾ ਵਾਧਾ ਕਰਦਾ ਹੋਇਆ। ਅਗਲੀ ਕਬੱਡੀ ਸੰਦੀਪ ਲੁੱਧਰ ਦੀ ਖੇਡ ਦਲ ਵਿੱਚ ਪੈਂਦੀ ਹੋਈ ਤੇ ਦੂਜਿਆਂ ਦੀ ਵੇਖ ਨਾ ਤਰੱਕੀ ਛੜੀਏ ਹੱਥੀ ਸਦਾ ਆਪਣੇ ਕਿਰਤ ਕਰੀਏ ਲੱਖੇ ਕੱਲ ਤੇਰਾ ਛੱਡੀਏ ਵੀ ਕਾਮੇ ਅੱਜ ਦੇ ਪਰ ਮਿਹਨਤ ਹੀ ਹੁੰਦੀ ਹੈ ਚੜਾਈਆਂ ਜੱਗ ਦੇ। ਉਹ ਸੰਦੀਪ ਦੀ ਪਈ ਕਬੱਡੀ ਦੇ ਉਹ ਭਿੰਡਰਾਂ ਵਾਲਾ ਇਹ ਬੱਬੂ ਇਸ ਸਮੇਂ ਕੋਸ਼ਿਸ਼ ਕਰ ਰਿਹਾ ਆਹ ਗਰਦਿਆਲਾ ਇਸ ਸਮੇਂ ਕੋਸ਼ਿਸ਼ ਕਰ ਦੇਖਾਂਗੇ ਦੂਸਰੇ ਪਾਸੇ ਵੈਨਕੂਵਰ ਗਲੈਡੀਏਟਰ ਦੀ ਬੜੀ ਟੀਮ ਵੱਲੋਂ ਇਸ ਸਮੇਂ ਕੋਸ਼ਿਸ਼ 11 ਪਰ ਪੁਆਇੰਟ ਇਸ ਸਮੇਂ ਧਾਵੀ ਦਾ ਕੁਝ ਦੁਆਇਆ ਰਾਏਕੋਟੀ ਦਾ ਕੁਝ ਦੁਆਇਆ। ਅਗਲੀ ਕਬੱਡੀ ਦੇ ਮਖੜਾਲੀ ਜੀ ਗੱਲ ਕਰਦੇ ਹੋਏ ਏ ਟੌਪ ਇਮੀਗ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਹੈ। ਮੇਨ ਸਪੋਂਸਰ ਵੀ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਵੇਲੇ ਦੇ ਵਾਸਤੇ ਵੀ ਉਹ ਕਹਿੰਦੇ ਵੀ ਵਿਦਆਊਟ ਆਈਲੈਟਸ ਮੈਂ ਪੀਅਰ ਕਰਾ ਦਿਆਂਗਾ ਸੋ ਖਿਡਾਰੀਆਂ ਦੇ ਵਾਸਤੇ ਸਪੈਸ਼ਲ ਜਿਹੜਾ ਹੈ ਉਹਨਾਂ ਵੱਲੋਂ ਡਿਸਕਾਊਂਟ ਹੋਊਗਾ। ਆਹ ਇਧਰਲੇ ਪਾਸੇ ਖੇਡ ਕਬੱਡੀ ਦੇ ਨਾਲ ਫਿਰ ਜੁੜੀ ਆਪਾਂ ਮੈਦਾਨ ਦੇ ਦੇਖਦੇ ਵੀ ਤਗੜਾ ਪ੍ਰਦਰਸ਼ਨ ਚੱਲਦਾ ਹੋਇਆ। ਅਗਲੀ ਰੇਡ ਪਾਉਣ ਦੇ ਵਾਸਤੇ ਤਿਆਰ ਵਰ ਤਿਆਰ ਨੌਜਵਾਨ ਦੇਖਦੇ ਵੀ ਪੂਰੀ ਆਹ ਪੂਰੀ ਕਮਾਲ ਕਰਦਾ ਹੋਇਆ ਆਹ ਨਿੰਦੀ ਵਰਗੇ ਆਹ ਰਵੀ ਵਰਗੇ ਤਿਆਰ ਵਰ ਤਿਆਰ ਨੇ ਕਿਹੜਾ ਲਾਊਗਾ ਜੱਫਾ ਹੋਊਗੀ ਫਿਰ ਕਮਾਲ ਅੱਗੇ ਵੱਧ ਕੇ ਕੀਤਾ ਹਮਲਾ ਇਸ ਖਿਡਾਰੀ ਦਾ। ਲੋ ਪੂਰੀ ਦੀ ਪਈ ਹੋਈ ਕਬੱਡੀ ਇਸ ਸਮੇਂ ਇਹ ਛੰਡਾ ਵਾਲਾ ਭੂਰੀ ਤੇ ਦੂਸਰੇ ਪਾਸੇ ਆ ਬੇਰਣੇ ਵਾਲਾ ਆ ਬੇਰਣੇ ਵਾਲਾ ਕੋਸ਼ਿਸ਼ ਕਰਦਾ ਆ ਸੰਗਰੂੜੀ ਇਸ ਸਮੇਂ ਲਾ ਤਕੜਾ ਜੱਫਾ ਇੱਕਦਾ ਵਾਧਾ ਖੇਡਾਂ ਦੇ ਵਿੱਚ ਕਰਦਾ ਹੋਇਆ ਵੈਨਕੂਵਰ ਗਲੈਡੀਏਟਰ ਕਬੱਡੀ ਕਲੱਬ ਨੰਗਲ ਅੰਬੀਆਂ ਵਾਲੇ ਸੰਦੀਪ ਦੀਆਂ ਯਾਦਾਂ ਨੇ ਇਸ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਉਸਦੇ ਨਾਮ ਤੇ ਬਣੀ ਟੀਮ ਤੇ ਇਸ ਸਮੇਂ ਬਿੰਦੂ ਸਵਾਹ ਵਾਲਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਇੱਧਰ ਚਾਰ ਨੇ ਚਾਰਾਂ ਚੋਂ ਕੌਣ ਅੱਗੇ ਵੱਧ ਕੇ ਗਰਾਊਂਡ ਬੱਲੇ ਬੱਲੇ ਲਾਓ ਸਮੇਂ ਦੀਆਂ ਬਾਤਾਂ ਹੋਣਗੀਆਂ ਤੇ ਹਲਕਾ ਟੱਚ ਤੇ ਪੁਆਇੰਟ ਬਿੰਦੂ ਸਵਾਹ ਵਾਲਾ ਵੈਨਕੂਵਰ ਗਲੈਡੀਏਟਰ ਕਬੱਡੀ ਕਲੱਬ ਲਈ ਇੱਕ ਅੱਗਦਾ ਹੋਰ ਵਾਧਾ ਕਰਦਾ ਹੋਇਆ ਤੇ ਗੱਭਰੂ ਮੈਦਾਨੇ ਮਾਰਦੇ ਨੇ ਥਾਪੀਆਂ ਆ ਮੋਟੇ ਪੱਟ ਗੱਜ ਚੌੜੀਆਂ ਨੇ ਛੱਤੀਆਂ ਜੁੱਸਿਆਂ ਚ ਜ਼ੋਰ ਜੋ ਤੂਫਾਨੀ ਦੀਆਂ ਗੱਲਾਂ ਲੱਖੇ ਸਿੱਧਮਾਏ ਚੜ੍ਹਦੀ ਜਵਾਨੀ ਦੀਆਂ ਗੱਲਾਂ ਲੱਖੇ ਸਿੱਧਮਾਏ ਚੜ੍ਹਦੀ ਜਵਾਨੀ ਦੀਆਂ ਗੱਲਾਂ ਆ ਚੜ੍ਹਦੀ ਜਵਾਨੀ ਮੁਸ਼ਫੜ ਗੱਭਰੂ ਮੈਦਾਨ ਵਿੱਚ ਦੇਖਦੇ ਨੇ ਕਮਾਲ ਕਰਦੇ ਹੋਏ ਆ ਸਿਮੂ ਕੰਗ ਬਹੁਤ ਵਧੀਆ ਪ੍ਰਦਰਸ਼ਨ ਵਰਵੀਰ ਬੈਂਸ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਵੱਡਾ ਕੰਮ ਕਰਾਉਂਦੇ ਨੇ ਘੁੰਮਣਾ ਦੇ ਵਿੱਚ ਫਗਵਾੜੇ ਦਾ ਏਰੀਆ ਆਓ ਪੰਜਾਬੀ ਕਿ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਬਦਲਦੇ ਹੋਏ ਸਮੇਂ ਦੇ ਨਾਲ ਲੋਕੋ ਆ ਸਾਡੀ ਮਾਂ ਖੇਡ ਨੇ ਕੀਤੀਆਂ ਤਰੱਕੀਆਂ ਨੀ ਦਿੱਤਾ ਹੁਲਾਰਾ ਇਹਨੂੰ ਇਹਦੇ ਆਸ਼ਕਾਂ ਨੇ ਜਿਹੜੀ ਪ੍ਰੀਤਾ ਇਹਦੇ ਨਾਲ ਹੈ ਰੱਖੀਆਂ ਨੀ ਆਹ ਕਬੱਡੀ ਕਦੀ ਇਕੱਲੇ ਪੰਜਾਬ ਦੀ ਸੀ ਹੁਣ ਕੁੱਲ ਦੁਨੀਆਂ ਦੇ ਖੇਡ ਹੁੰਦੀ ਕਦੇ ਲੱਗਦੇ ਨੇ ਜੱਫੇ ਸਾਊਥ ਹਲ ਟੋਰਾਂਟੋ ਅੰਦਰ ਕਦੇ ਵੈਨਕੂਵਰ ਦੇ ਵਿੱਚ ਬਣੀ ਧਾਵੀ ਦੀ ਰੇਲ ਹੁੰਦੀ ਜਦੋਂ ਖਿਡਾਰੀ ਕੰਗਾਲੀਆਂ ਕੱਢਦੇ ਸੀ ਉਸ ਸਮੇਂ ਨੂੰ ਬੁੱਕਲ ਦੇ ਵਿੱਚ ਸਮੋ ਗਈ ਜਿਸ ਕਬੱਡੀ ਦਾ ਕੌਡੀ ਨਹੀਂ ਸੀ ਮੁੱਲ ਪੈਂਦਾ ਅੱਜ ਉਹ ਲੱਖਾਂ ਤੋਂ ਕਰੋੜਾਂ ਦੀ ਹੋ ਗਈ ਇਹ ਪ੍ਰਵਾਸੀਆਂ ਕਰਕੇ ਹੈ ਇਹ ਤੁਹਾਡੇ 10-10, 15-15 ਘੰਟੇ ਕੰਮ ਕਰਕੇ ਹੈ ਕਬੱਡੀ ਦੀ ਤਰੱਕੀ ਹੋਰ ਬਹੁਤ ਸਾਰੀਆਂ ਖੇਡਾਂ ਦੀ ਤਰੱਕੀ ਨਰੋਏ ਸਮਾਜ ਦੀ ਸਿਰਜਣਾ ਪੰਜਾਬ ਸਾਰੇ ਦੀ ਤਰੱਕੀ ਪਿੰਡਾਂ ਦਾ ਵਿਕਾਸ ਸਾਰੇ ਐਨਆਰਐਸ ਨੂੰ ਰੱਬ ਚੜ੍ਹਦੀ ਕਲਾ ਦੇ ਰੱਖੇ ਸਾਰੇ ਤੰਦਰੁਸਤ ਰਹਿਣ ਸਾਹ ਹੋ ਗਏ ਵਾਲਾ ਰਵੀ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਹੋਇਆ ਤੇ ਬਹੁਤ ਵਧੀਆ ਪੁਆਇੰਟ ਇਹ ਆ ਰਾਏਕੋਟੀਆ ਗੁਰਪ੍ਰੀਤ ਸਿੰਘ ਗੋਪੀ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਗੱਲ ਵੀ ਸੰਦੀਪ ਸਿੰਘ ਮਸਤ ਦੇ ਤੌਰ ਹੈ ਕਿ ਬਾਨਾ ਤੇ ਤਾਜਾ ਨੇ ਦਲੇਰ ਅੱਤ ਦੇ ਗੱਡੀ ਤੇ ਸੰਦੀਪ ਲੋਧਰ ਇੱਕ ਵਿੱਚ ਅੰਨਾ ਜ਼ੋਰ ਰੱਖਦੇ ਇੱਕ
ਕੈਨੇਡੀਅਨ ਬੋਲ ਦਿਸਦੇ ਸਾਰੇ ਸੁਪਰ ਸਟਾਰ ਕਾਮਾਗਾਟਾ ਮਾਰੂ ਤੇ ਰਿਚਮੰਡ ਐਸਪੋਰਟ ਦੀਆਂ ਟੀਮਾਂ ਬਹੁਤ ਜਲਦ ਆ ਜਾਣਾ ਅਗਲੇ ਮੁਕਾਬਲੇ ਦੇ ਵਾਸਤੇ ਅਗਲੀ ਰੇਡ ਤੇ ਲੱਖਾ ਸਿੱਧਵਾਂ ਦੀ ਗੱਲ ਕਰਦੇ ਹੋਏ ਲੋ ਆ ਗਿਆ ਭੂਰੀ ਛੰਨਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਦੂਜੇ ਪਾਸੇ ਚਾਰ ਜਫੀਰੇ ਇੱਕ ਪਾਸੇ ਨਿੰਦੀ ਜਾਂ ਸ਼ਾਰਾ ਪੋਪਰ ਵਾਲਾ ਖਾਊ ਬੱਲੇ ਬੱਲੇ ਇਹ ਪੇਲੜੇ ਵਾਲਾ ਉਹ ਪੇਲੜੇ ਵਾਲਾ ਕੋਸ਼ਿਸ਼ ਕਰਦਾ ਪਰ ਧੂਰੀ ਛੰਨਾ ਹੋਇਆ ਇੱਕ ਅਗਲਾ ਵਾਧਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਮੇਜਰ ਭਲੂ ਜੀ ਲਾਲੀ ਟੇਸੀ ਜੀ ਲਾਲੀ ਸਿੱਧੂ ਬੇਅੰਤ ਲਿੱਟ ਉਹਨਾਂ ਦੀ ਟੀਮ ਜਸਪਾਲ ਭੰਡਾਰ ਉਹਨਾਂ ਦੀ ਟੀਮ ਅਗਲੀ ਕਬੱਡੀ ਬਿੰਦੂ ਸਵਾਹ ਹੋਣੇ ਦੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਪਈ ਹੋਈ ਚਾਰ ਦੇ ਦੂਜੇ ਪਾਸੇ ਵੇਖਾਂਗੇ ਕੌਣ ਕਰਾਊ ਬੱਲੇ ਬੱਲੇ ਤੇ ਕੌਣ ਕਰਦਾ ਗੱਲ ਕਮਜ਼ੋਰਾਂ ਦੀ ਆ ਗੱਲ ਹੁੰਦੀ ਸਦਾ ਦਲੇਰਾਂ ਦੀ ਉਹ ਲੱਖੇ ਸਦਮਾ ਲੋਕ ਬੁਲਾ ਤੇ ਚਰਚਾ ਹੁੰਦੀ ਬੱਬਰ ਸ਼ੇਰਾਂ ਦੀ ਲੋਕ ਘੋੜੀਏ ਵਾਲਾ ਸਮੇਂ ਕੋਸ਼ਿਸ਼ ਕਰਦਾ ਕਿ ਪੁਆਇੰਟ ਲਾ ਤਕੜਾ ਜਸੇ ਕਰਦਾ ਵਾਧਾ ਸਮੇਂ ਖੇਡ ਮੈਦਾਨ ਦੇ ਵਿੱਚ ਗੱਭਰੂ ਮੈਦਾਨਾਂ ਵਿੱਚ ਲੱਗਦਾ ਹੈ ਇਹਦੇ ਜਿਵੇਂ ਭੇੜ ਹੋਵੇ ਸਾਨਾ ਵਿੱਚ ਦੁੱਧ ਮੱਖਣਾ ਦੇ ਨਾਲ ਪਾਲੇ ਨੇ ਸਰੀਰ ਯਾਰ ਲੋਹੜਿਆਂ ਦਾ ਜੋਸ਼ ਮੇਰੇ ਦੇਸ਼ ਦੇ ਜਵਾਨਾਂ ਵਿੱਚ ਲੋਹੜਿਆਂ ਦਾ ਜੋਸ਼ ਮੇਰੇ ਦੇਸ਼ ਦੇ ਜਵਾਨਾਂ ਵਿੱਚ ਰਵਿੰਦਰ ਗਿੱਲ ਦੀ ਕਲਮ ਲਿਖਦੀ ਹੈ ਲਾ ਇਧਰਲੇ ਪਾਸੇ ਸਿੰਮੂ ਕੰਗ ਦੀ ਰੇਡ ਮੈਦਾਨ ਦੇ ਅੰਦਰ ਪੈਂਦੀ ਹੋਈ ਦੇਖ ਲੈਣ ਕਿਹੜਾ ਕਿਹੜਾ ਇਧਰਲੇ ਪਾਸੇ ਮੁਖਤਿਆਰ ਕੋਸ਼ਿਸ਼ ਕਰਦਾ ਹੈ ਡੱਕਲਣ ਦੀ ਆਹ ਹੁਸ਼ਿਆਰਪੁਰੀ ਹੈ ਪਰ ਪੁਆਇੰਟ ਕਾਵੀ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੁੜਦਾ ਹੋਇਆ ਗੱਲ ਵੀ ਚਿੱਤਪਾਲ ਸਿਆ ਜੱਗੇ ਵਾਂਗ ਨਾਮ ਦੁਨੀਆਂ ਦੇ ਉੱਪਰ ਬਣਾਉਣਾ ਹੋਰ ਵੱਡੀ ਮਿਹਨਤ ਕਰਨੀ ਪਊ ਹੋਰ ਵੱਡੀ ਮਿਹਨਤ ਕਰਨੀ ਪਊ ਰੱਬ ਦੀ ਮਿਹਰ ਚਾਹੀਦੀ ਹੈ ਫਿਰ ਜਾ ਕੇ ਨਾਮ ਬਣਦਾ ਫਿਰ ਨਾਮਾ ਬਣਦਾ ਦੁਨੀਆਂ ਦੇ ਵਿੱਚ ਫਿਰ ਲੋਕ ਸਰਾਮ ਸਰਾਵੇਂ ਪੁੱਛਦੇ ਨੇ ਮੈਂ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਇਹ ਹੈ ਚਿੱਟੀ ਵਾਲਾ ਚਿੱਤਪਾਲ ਸਿੰਘ ਕਬੱਡੀ ਪਾਉਣ ਦੇ ਵਾਸਤੇ ਅੱਗੇ ਵਧਦਾ ਹੋਇਆ ਜਲੰਧਰੀਆ ਮੁੰਡਾ ਆਓ ਕਮਾਲ ਕਰਦਾ ਹੋਇਆ ਪਈ ਹੀ ਰੇੜ ਕਿਹੜਾ ਲਾਓ ਜੱਫਾ ਚਾਰ ਬੰਦੇ ਪਰਬੰਦੇ ਨੇ ਟੈਣਾ ਵਰਗੇ ਸ਼ਤੀਰੀਆਂ ਵਰਗੇ ਨੌਜਵਾਨਾਂ ਦੇ ਵਿੱਚੋਂ ਦੇਖ ਰਹੇ ਮੇਰੇ ਪਾਸੇ ਇਹ ਹੈ ਨੌਜਵਾਨ ਸੁਰਖਪੁਰੀ ਹੈ ਯੋਧਾ ਬਹੁਤ ਵਧੀਆ ਕਮਾਲ ਦਾ ਕਬੱਡੀ ਖਿਡਾਰੀ ਗੱਲ ਵੀ ਪੂਰੀ ਆਖਿਰ ਕਬੱਡੀ ਨੌਜਵਾਨ ਲਓ ਅਗਲੀ ਕਬੱਡੀ ਛੰਨਾ ਵਾਲਾ ਪੂਰੀ ਅਗਲੀ ਕਬੱਡੀ ਖੇਡਣ ਪਾਉਂਦਾ ਹੋਇਆ ਦੂਜੇ ਪਾਸੇ ਚਾਰ ਵੈਨਕੂਵਰ ਗਲੈਡੀਏਟਰ ਕਬੱਡੀ ਕਲੱਬ ਦੇ ਚਾਰ ਜਾਫੀ ਬਿਲਕੁਲ ਤਿਆਰ ਬੈਠੇ ਹਨ ਲੋ ਵੇਖਾਂਗੇ ਕੌਣ ਅੱਗੇ ਵਧ ਕੇ ਉਹ ਦੋ ਹੱਥ ਕਰਦਾ ਅਕਰਾਊ ਬੱਲੇ ਬੱਲੇ ਲੋ ਸਮਾਂ ਦੱਸੇਗਾ 55ਵਾਂ ਸਾਲ ਸਪੋਰਟਸ ਫੈਸਟੀਵਲ ਹੋ ਰਿਹਾ ਖਾਲਸਾ ਦੌਰ ਸੋਸਾਇਟੀ ਵੱਲੋਂ ਲੱਗੀਆਂ ਹੋਈਆਂ ਰੌਣਕਾਂ ਹਸ਼ਿਆਰਾ ਹਸ਼ਿਆਰਾ ਪੋਪਰ ਵਾਲਾ ਹਸ਼ਿਆਰਾ ਤੇ ਭੂਰੀ ਇੱਕ ਅਗਲਾ ਵਾਧਾ ਇਸ ਸਮੇਂ ਭੂਰੀ ਛੱਡਾ ਵਾਲਾ ਕੈਲਗਰੀ ਯੂਨਾਈਟਡ ਦੀ ਟੀਮ ਦੇ ਲਈ ਇਹਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਕਬੱਡੀ ਦਾ ਵੱਡਾ ਮੱਲ ਇਸ ਸਮੇਂ ਲੁਧਰਾ ਵਾਲਾ ਸੰਦੀਪ ਘੁਮਾਣਾ ਸੰਦੀਪ ਪਾ ਰਿਹਾ ਲੋ ਦੇਖਾਂਗੇ ਸਮੇਂ ਦੀਆਂ ਬਾਤਾਂ ਹੋਣਗੀਆਂ ਕੌਣ ਅੱਗੇ ਵੱਧ ਕੇ ਕਰਾਊ ਬੱਲੇ ਬੱਲੇ ਇਹ ਘੋੜੀਏ ਵਾਲਾ ਇਸ ਸਮੇਂ ਗੁਰਵਿੰਦਰ ਸਿੰਘ ਕੋਸ਼ਿਸ਼ ਕਰਦਾ ਪਰ ਪੁਆਇੰਟ ਸੰਦੀਪ ਲੁਧਰ ਇੱਕ ਅਗਲਾ ਵਾਧਾ ਖੇਡ ਮੈਦਾਨ ਦੇ ਵਿੱਚ ਵੈਨਕੂਵਰ ਗਲੈਡੀਏਟਰ ਕਬੱਡੀ ਕਲੱਬ ਲਈ ਇੱਕ ਅਗਲਾ ਵਾਧਾ ਕਰਦਾ ਹੋਇਆ ਜੇ ਪੜ੍ਹਨ ਲਿਖਣ ਦੇ ਬੋਲਣ ਦੇ ਵਿੱਚ ਕੀ ਹੈ ਹਰਜ ਪੰਜਾਬੀ ਦਾ ਕੁਰਬਾਨੀਆਂ ਦੇ ਇਤਿਹਾਸ ਵਿੱਚ ਵੀ ਇਹ ਨਾਮ ਰਹੂਗਾ ਦਰਜ ਪੰਜਾਬੀ ਦਾ ਗਿੱਧਾ ਭੰਗੜਾ ਢੋਲ ਕਬੱਡੀ ਇੱਕ ਇੱਕ ਵਰਗ ਪੰਜਾਬੀ ਦਾ ਮਾਂ ਬੋਲੀ ਦੀ ਸੇਵਾ ਕਰਨਾ ਬਣਦਾ ਫਰਦ ਪੰਜਾਬੀ ਦਾ ਵਧਾਉਣ ਵਾਲਾ ਇਹਨੂੰ ਸਿੱਝਦਾ ਕਰਦਾ ਤੇ ਲਾਉਂਦਾ ਹੈ ਕਰਜ਼ ਪੰਜਾਬੀ ਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਪੰਜਾਬੀ ਬੋਲਣਾ ਸਾਡਾ ਫਰਜ਼ ਹੈ ਲਓ ਇਧਰਲੇ ਪਾਸੇ ਮੈਦਾਨ ਦੇ ਦੇਖਦੇ ਨੇ ਕਮਾਲ ਹੋਈ ਪਈ ਇੱਕ ਪਾਸੇ ਬੋਪਰੀ ਹੁਸ਼ਿਆਰ ਹੁਣ ਡੱਕ ਪਾਉਗੇ ਨਹੀਂ ਗੋਪੀ ਦੀ ਪਈ ਫਿਰੇ ਤਾਲਮੇਲ ਦੇ ਨਾਲ ਫੈਸਲੇ ਨੇ ਇਧਰ ਪਾਸੇ
ਆਫੀਸ਼ੀਅਲਸ ਸਾਰੇ ਸੁਲਝੇ ਹੋਏ ਆਪੋ ਆਪਣਾ ਅਹਿਮ ਰੋਲ ਅਦਾ ਕਰ ਰਹੇ ਨੇ ਸੋ ਸਾਰਿਆਂ ਦਾ ਧੰਨਵਾਦ ਤਲੋਜਰ ਸਿੰਘ ਜੀ ਧਾਮੀ ਸਾਹਿਬ ਪਹਿਲੀ ਵਾਰ ਕੈਨੇਡਾ ਦੇ ਵਿੱਚ ਬਤੌਰੇ ਆਫੀਸ਼ੀਅਲ ਪੰਜਾਬ ਦੇ ਬਹੁਤ ਸਾਰੇ ਕੱਪਾਂ ਦੇ ਵਿੱਚ ਇੰਡੀਆ ਦੇ ਕੱਪ ਦੇ ਲੀਗ ਦੇ ਵਿੱਚ ਵੀ ਸੇਵਾਵਾਂ ਪਰ ਕੈਨੇਡਾ ਦੇ ਵਿੱਚ ਆਏ ਦੇ ਪਹਿਲੇ ਦਿਨ ਮੌਕਾ ਮਿਲਿਆ ਇਸ ਮੈਦਾਨ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾਉਣ ਦਾ ਸਾਰਿਆਂ ਦਾ ਧੰਨਵਾਦ ਰੋਲ ਹੈ ਸਟੇਟ ਕਬੱਡੀ ਦੇ ਲਈ ਕੋਈ ਜਰਨਲਿਸਟ ਹੈ ਕੋਈ ਕਮੈਂਟੇਟਰ ਹੈ ਕੋਈ ਕੋਚ ਹੈ ਕੋਈ ਅੰਪਾਇਰ ਹੈ ਕੋਈ ਖਿਡਾਰੀ ਹੈ ਪਰ ਹੈ ਸਾਰਾ ਕੁਝ ਦਰਸ਼ਕਾਂ ਕਰਕੇ ਆਪਾਂ ਇਹ ਸਾਰਾ ਕੁਝ ਸਪੌਂਸਰਸ ਕਰਕੇ ਹੈ ਸਾਰੇ ਐਨਾਲਿਸ ਕਰਕੇ ਹੈ ਆਹ ਕਬੱਡੀ ਬੋਰਡ ਦੇ ਵਿੱਚ ਵਾਧਾ ਹੋਇਆ ਇਹ ਨੌਜਵਾਨ ਪੂਰੀ ਪੂਰੀ ਦੀ ਰੇਡ ਪੈਂਦੀ ਹੈ ਸਾਹ ਦੇਖਦੇ ਲਾਊਗੀ ਅੱਜ ਫਾਇਦਲੇ ਪਾਸੇ ਚਾਰ ਕਮਾਲ ਦੇ ਕਬੱਡੀ ਖਿਡਾਰੀਆਂ ਦੇ ਵਿੱਚੋਂ ਅੱਗੇ ਵੱਧ ਕੇ ਕਿਹੜਾ ਕਿਹੜੇ ਅੰਦਾਜ਼ ਦੇ ਨਾਲ ਲਾਹ ਪਾਊਗਾ ਜੱਫਾ ਫਿਰ ਗੱਲਾਂ ਹੋਣਗੀਆਂ ਇਹਨਾਂ ਨੌਜਵਾਨਾਂ ਦੀਆਂ ਵੀ ਆਹ ਮੁੰਡਾ ਦਾ ਕਮਾਲ ਹੀ ਕਰ ਗਿਆ ਵੀ ਕਮਾਲ ਹੀ ਕਰ ਗਿਆ ਰਾਸ ਦੇ ਮੇਲੇ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਅਗਲੀ ਰੇਡ ਪਾਉਣ ਦੇ ਵਾਸਤੇ ਸਵਾਹ ਵਾਲੇ ਦਾ ਪਿੰਡੂ ਮੈਦਾਨ ਦੇ ਵਿੱਚ ਵੱਜਦਾ ਹੋਇਆ ਕਿਸੇ ਦੀ ਜਾਫ ਕਲੋਲਾ ਕਰਦੀ ਕਿਸੇ ਦੀ ਬਾਡੀ ਫੱਬਦੀ ਏ ਆਹ ਕੋਈ ਝੂਮ ਝੂਮ ਕੇ ਤੁਰਦਾ ਜਿਵੇਂ ਰਾਵੀ ਵਗਦੀ ਏ ਕੋਈ ਝੂਮ ਝੂਮ ਕੇ ਤੁਰਦਾ ਜਿਵੇਂ ਰਾਵੀ ਵਗਦੀ ਏ ਵਾਹ ਕੋਈ ਝੂਮ ਝੂਮ ਕੇ ਤੁਰਦਾ ਜਿਵੇਂ ਰਾਵੀ ਵਗਦੀ ਏ ਲੋ ਬਿੰਦੂ ਦੀ ਪਈ ਕਬੱਡੀ ਤੇ ਅਮਰਵੀਰ ਜਵੰਦਾ ਇੱਕ ਵਾਰੀ ਫਿਰ ਕੋਸ਼ਿਸ਼ ਕਰਦਾ ਪਰ ਪੁਆਇੰਟ ਇਸ ਸਮੇਂ ਬਿੰਦੂ ਸਵਾਹ ਵਾਲੇ ਚੱਕਦਾ ਵਾਧਾ ਵੈਨਕੂਵਰ ਗਲੈਡੀਏਟਰ ਕਬੱਡੀ ਕਲੱਬ ਲਈ ਕਰਦਾ ਹੋਇਆ ਚੱਲ ਵੀ ਸਿੰਮੂ ਸਾਹਿਬ ਪਾ ਅਗਲੀ ਕਬੱਡੀ ਪਾਉਣ ਲਈ ਸਿੱਖ ਸਰਦਾਰ ਸਿੰਮੂ ਕੰਗ ਯੋਧਿਆਂ ਦੀ ਯਾਦ ਨੂੰ ਸਮਰਪਿਤ ਅੱਜ ਦਾ ਇਹ ਕਬੱਡੀ ਕੱਪ ਹੱਕਾਂ ਦੇ ਲਈ ਕਰ ਬਗਾਵਤ ਜਿਹਨਾਂ ਆਪਣਾ ਆਪ ਲੁਟਾਇਆ ਇਸ ਮੁਲਕ ਦੇ ਪੰਜਾਬੀਆਂ ਨੂੰ ਜਿਹਨਾਂ ਬਣਦਾ ਮਾਣ ਦਵਾਇਆ ਰੋਹਬ ਜਿਹਨਾਂ ਨੇ ਝੱਲਿਆ ਨਹੀਂ ਗੋਰਿਆਂ ਦੇ ਦਾਬਿਆਂ ਦਾ ਲੱਕੇ ਸਦਮਾ ਕਰਜ਼ਾ ਲਾ ਨਹੀਂ ਸਕਦੇ ਆਪਾਂ ਗਦਰੀ ਬਾਬਿਆਂ ਦਾ ਲੱਕੇ ਸਦਮਾ ਕਰਜ਼ਾ ਲਾ ਨਹੀਂ ਸਕਦੇ ਆਪਾਂ ਗਦਰੀ ਬਾਬਿਆਂ ਦਾ ਕਰਜ਼ਾ ਲਾ ਨਹੀਂ ਸਕਦੇ ਆਪਾਂ ਗਦਰੀ ਬਾਬਿਆਂ ਦਾ ਬੱਬਰ ਸ਼ਹੀਦ ਆ ਤੇ ਗਦਰੀ ਬਾਬਿਆਂ ਦੀ ਯਾਦ ਨੂੰ ਸਰਪਦ ਇਹ 55ਵਾਂ ਕਬੱਡੀ ਦਾ ਸਾਕਰ ਦਾ ਰੈਸਲਿੰਗ ਦਾ ਵੇਟ ਲਿਫਟਿੰਗ ਦਾ ਤੇ ਰੱਸਾ ਕਸ਼ੀ ਦਾ ਮੁਕਾਬਲਾ ਅਗਲੇ ਮੈਚ ਵਾਲੀਆਂ ਟੀਮਾਂ ਟੀਮ ਪਹੁੰਚ ਚੁੱਕੀ ਹੈ ਦੂਜੀ ਟੀਮ ਨੂੰ ਵੀ ਬੇਨਤੀ ਹੈ ਸ਼ਹੀਦ ਤੋਂ ਛੇਤੀ ਗਰਾਊਂਡ ਦੇ ਵਿੱਚ ਪਹੁੰਚ ਜਾਣ ਇੱਕ ਆ ਗਈ ਟੀਮ ਸਰੀ ਸੁਪਰਸਟਾਰ ਕਾਮਾ ਗਾਟਾ ਮਾਰੂ ਆ ਗਈ ਟੀਮ ਜੋਤੀ ਸਮਰੇ ਉਹਨਾਂ ਦੀ ਤੇ ਨਾਲ ਸਾਬੀ ਤੱਕਰ ਉਹਨਾਂ ਦੀ ਔਰ ਦੂਸਰੇ ਪਾਸੇ ਟੀਮ ਰਿਚਮਿੰਡ ਐਫ ਫੋਰ ਦੀ ਹਰਪ੍ਰੀਤ ਸਿੰਘੀ ਉਹਨਾਂ ਦੀ ਰਾਜੇ ਸੰਘੇ ਉਹਨਾਂ ਦੀ ਖੇਡ ਕਲੱਬ ਬਹੁਤ ਜਲਦ ਮੈਦਾਨ ਦੇ ਵਿੱਚ ਪੁੱਜ ਜਾਵੇ ਅਗਲਾ ਮੁਕਾਬਲਾ ਜਿਹੜਾ ਸੋ ਸੈਕੰਡ ਸੈਮੀ ਵੀ ਬਹੁਤ ਵੱਡੇ ਪੱਧਰ ਦਾ ਬਹੁਤ ਤਕੜਾ ਮੈਚ ਖੇਡਿਆ ਜਾਊਗਾ ਇਸ ਮੈਦਾਨ ਦੇ ਅੰਦਰ ਲਾਹ ਇਧਰ ਪਾਸੇ ਜੁੜੀਏ ਫਿਰ ਖੇਡ ਮੈਦਾਨ ਦੇ ਨਾਲ ਪੂਰੀ ਪੂਰੀ ਦੇਖਦੇ ਵੀ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਖਿਡਾਰੀ ਹਾਂ ਬਈ ਵਜਦਾ ਸਿੱਧਾ ਇੱਕ ਦੇ ਵਿੱਚ ਸਿੱਧਾ ਇੱਕ ਦੇ ਵਿੱਚ ਵੱਜਦਾ ਹੋਇਆ ਮੁੰਡਾ ਆਹ ਦੇਖਦੇ ਵੀ ਰਵੀ ਹਰ ਤੁਸੀਂ ਕਰਦਾ ਸਾਫ ਹੋ ਕੇ ਵਾਲਾ ਫਿਰ ਮੁਨਸ਼ੀ ਮੰਗਦਾ ਬੱਕਰੀ ਚੋਰ ਲੱਗ ਗਈ ਆਹ ਢਿੱਡੋ ਰੱਜ ਕੇ ਵੀ ਖਿਲਾਰ ਦੇ ਭੁੱਖ ਭੱਜੇ ਲਿਖ ਗਿਆ ਬਾਬੂ ਰੱਜ ਬਲੀ ਪੰਜਾਬੀ ਸਾਹਿਤਕ ਦੀ ਗੱਲ ਕਰ ਗਿਆ ਆਹ ਚੰਦ ਤੇ ਰਣਜੀਤ ਹੋਰਾਂ ਨੇ ਤਰੀ ਗਾਉਣੇ ਛਾਂਦੇ ਇਕੱਠਿਆ ਆਹ ਕਰਨੈਲ ਕਦੀਸ਼ਰ ਨੇ ਕਿਧਰੇ ਭੱਜ ਨੀ ਜਾਣਾ ਨੱਠਿਆ ਆਹ ਵਾਗ ਇਲ ਭੁੱਖੀ ਵੇ ਆਹ ਲੈਂਦੀ ਸਰਦੀ ਮੌਤ ਕਲਾ ਵੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਕਰਨੈਲ ਪਾਰਸ ਰਾਮੂ ਵਾਲੀ ਆ ਗੱਲ ਕਰ ਗਿਆ ਕਲਮ ਦੇ ਧਨੀ ਕਾਲਮਾਂ ਦੇ ਵਾਸਾਂ ਦਾ ਧੰਨਵਾਦ ਇਧਰਲੇ ਪਾਸੇ ਖੇਡ ਕਬੱਡੀ ਫਿਰ ਆਪਾਂ ਮੈਦਾਨ ਦੇ ਨਾਲ ਜੁੜੀਏ ਲਓ ਅੱਗੇ ਵੱਧ ਕੇ ਦੇਖਦੇ ਵੀ ਨੌਜਵਾਨ ਬਹੁਤ ਵਧੀਆ ਪ੍ਰਦਰਸ਼ਨ ਲਓ ਅਗਲੀ ਕਬੱਡੀ ਫਿਰ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਸਿੰਮੂ ਕੰਗ ਦੀ ਅਗਲੀ ਕਬੱਡੀ ਪੈਂਦੀ ਹੋਈ ਸਮੇਂ ਇਹ ਦੂਜਿਆਂ ਦੀ ਵੇਖਣਾ ਤਰੱਕੀ ਸਾਡੀ ਹੱਥੀ ਸਦਾ ਆਪਣੇ ਕਿਰਤ ਕਰੀਏ ਲਖੇ ਕੱਲ ਦੇ ਨਾ ਛੱਡੀਏ ਵੀ ਕੰਮ ਅੱਜ ਦੇ ਕਰ ਮਿਹਨਤ ਹੀ ਹੁੰਦੀਆਂ ਚੜਾਈਆਂ ਜਗਤੇ ਕਰ ਮਿਹਨਤ ਹੀ ਹੁੰਦੀਆਂ ਚੜਾਈਆਂ ਜਗਤੇ ਲੋ ਇਸ ਦੇ ਸਿੰਮੂ ਦੀ ਪਈ ਕਬੱਡੀ ਦੇ ਕੋਸ਼ਿਸ਼ ਪਰ ਪੁਆਇੰਟ ਸਿੰਮੂ ਲੰਬੀਆਂ ਵਾਲੇ ਬਿੱਟੂ ਸੰਧੂ ਜੀ ਪ੍ਰਧਾਨ ਸਾਹਿਬ ਗਿਆਨ ਬਿੰਗ ਜੀ ਭਾਨੂ ਕੀ ਸਨੀ ਸੋਦਾ ਜੀ ਬੜਾ ਪਿੰਡ ਸੰਤੋਖ ਸਿੰਘ ਜੀ ਢੇਸੀ ਸਾਹਿਬ ਬੱਛੋਵਾਲ ਰਾਣਾ ਗਿਲ ਜੀ ਪਾਲ